ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਵੀਰਾਂ ਦਾ ਕੀ ਹਾਲ ਚਾਲ, ਉਮੀਦ ਕਰਨੀ ਤੁਸੀਂ ਠੀਕ ਠਾਕ ਹੋ। ਅਲਹਮਦੁਲਿਲ੍ਲਾਹ ਅਸੀਂ ਠੀਕ ਠਾਕ ਹਾਂ। ਸਾਡੀ ਦੁਆਵਾਂ ਹਮੇਸ਼ਾ ਭੈਣ ਭਾਈਆਂ ਦੇ ਨਾਲ ਨੇ, ਜਿੱਥੇ ਵੀ ਰਹੋ ਖੁਸ਼ ਅਤੇ ਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਜੋ ਕੋਈ ਭੈਣ ਵੀਰਾਂ ਬਿਮਾਰ ਹੈ, ਅੱਲਾਹ ਪਾਕ ਨੂੰ ਸਿਹਤ ਕਾਰੋਬਾਰ ਚ ਵਰਤ, ਜੋ ਕੋਈ ਵੀ ਔਲਾਦ ਹੈ ਅੱਲਾਹ ਪਾਕ ਨੂੰ ਲਾਤਾ ਫਰਮਾਵੇ। ਜੋ ਕੋਈ ਭੈਣ ਵੀਰਾਂ ਪਰੇਸ਼ਾਨ ਹੈ, ਅੱਲਾਹ ਪਾਕ ਨੂੰ ਪਰੇਸ਼ਾਨੀਆਂ ਦੂਰ ਤਾ ਫਰਮਾਵੇ। ਅੱਜ ਤਾਂ ਅੱਲਾਹ ਕਰਨੀ ਸ਼ੁਰੂ, ਅੱਲਾਹ ਪਾਕ ਦਾ ਨਾਮ ਲੈ ਕੇ ਸੁਬਹ ਸੁਬਹ ਦਾ ਟਾਈਮ ਹੈਗਾ, ਕਿਉਂਕਿ ਅੱਜ ਵੀ ਨਾ ਮੌਸਮ ਜਿਹੜਾ ਹੈਗਾ ਨਾ ਬਹੁਤ ਹੀ ਜ਼ਿਆਦਾ ਖਰਾਬ ਹੈਗਾ, ਅਤੇ ਸਾਰਾ ਫੀਲ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਮੌਸਮ ਨਾ ਖਰਾਬ ਹੋਇਆ ਖਲਿਆ, ਅਤੇ ਇੰਨੀ ਜ਼ਿਆਦਾ ਧੁੰਦ ਹੈਗੀ, ਕੋਈ ਚੀਜ਼ ਦੀ ਬਾਹਰ ਨਾ ਨਜ਼ਰ ਵੀ ਆ ਰਹੀ, ਅਤੇ ਤਾਂ ਵਾਸਤੇ ਬੱਚੇ ਜਿਹੜੇ ਹੈਗੇ ਨਾ ਸਪਾਰਾ ਪੜ੍ਹਨ ਵਾਸਤੇ ਨਹੀਂ ਗਏ, ਅਤੇ ਜਿਹੜੀ ਸ਼ਾਜ਼ੀਆ ਹੈਗੀ ਨਾ ਉਹ ਨਾਲ ਦੇ ਘਰਾਂ 'ਚ ਦੁੱਧ ਲੈਣ ਗਈ ਅੱਜ, ਕਿਉਂਕਿ ਮਾਸ਼ਾਅੱਲਾ 11ਵੀਂ ਸ਼ਰੀਫ ਹੈਗੀ ਸੀ ਤਾਂ ਵਾਸਤੇ, ਕਹਿੰਦੇ ਵੀ ਦੁਪਹਿਰ ਨੂੰ ਚਾਹ ਬਣਾਵਾਂਗੇ, ਕਿਉਂਕਿ ਅੱਗੇ ਤਾਂ ਨਾ ਦੁਪਹਿਰ ਨੂੰ ਅਸੀਂ ਕਾਹਵਾ ਬਣਾਉਂਦੇ ਸੀ, ਅਤੇ ਅੱਜ ਉਹ ਦੁੱਧ ਲੈਣ ਗਈ 11ਵੀਂ ਸ਼ਰੀਫ ਦਾ। ਨਾ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਬਚਪਨ ਦਾ ਬਣਾਉਂਦੀ ਪਈ, ਸ਼ਾਜ਼ੀਆ ਦੁੱਧ ਲੈ ਕੇ ਅਜੇ ਨਹੀਂ ਆਈ, ਅਤੇ ਚਾਹੇ ਨਾ ਅਸੀਂ ਬਣਾ ਲਈ, ਕਿਉਂਕਿ ਇਹਨਾਂ ਸਾਨੂੰ ਨਾਲ ਦਿਆਂ ਦੁੱਧ ਦਿੱਤਾ ਸੀ, ਵਸਾਇਆ ਨਹੀਂ, ਅਤੇ ਸੁਨੈਣ ਨੂੰ ਨਾ ਭੁੱਖ ਲੱਗੀ ਖਲੇ, ਇਹਨਾਂ ਕੱਲ੍ਹ ਬੁਖਾਰ ਹੈਗਾ ਸੀ, ਇਹਨੇ ਰੋਟੀ ਰਾਤ ਨੂੰ ਨਹੀਂ ਖਾਧੀ, ਅਤੇ ਨਾ ਕਹਿ ਰਹੇ ਮੈਨੂੰ ਰੋਟੀ ਦਿਓ, ਇਹਨੂੰ ਚਾਹੇ ਬਣੀ ਪਈ, ਚਾਹੇ ਨਾਲ ਰੋਟੀ ਦੇ ਦੇਣੀ, ਇਹ ਨਾਸ਼ਤਾ ਕਰ ਲਵੇਗਾ। ਚਾਹੇ ਜਿਹੜੀ ਹੈਗੀ ਨਾ ਬਣ ਗਿਆ, ਰੋਟੀ ਖਾ ਲਾ। ਜੇ ਸਾਡੇ ਭੈਣ ਵੀਰਾਂ ਨਾਸ਼ਤਾ ਕਰਨਾ ਹੋਵੇ ਜੀ, ਬਿਸਮਿਲ੍ਲਾ। ਹਾਂਜੀ, ਅਤੇ ਨਾ ਮਾਸ਼ਾਅੱਲਾ ਸ਼ਾਜ਼ੀਆ ਵੀ ਆ ਗਈ ਦੁੱਧ ਲੈ ਕੇ, ਅਤੇ ਨਾ ਅੱਲਾ ਅਸਲਾਮ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਤੁਮਾ ਬਣੂ। ਹਾਂਜੀ, ਕਿਉਂਕਿ ਨਾ ਅੱਜ ਮੈਂ ਦੁੱਧ ਕਾਫੀ ਜ਼ਿਆਦਾ ਹੈਗੀ, ਸਪਾਰਾ ਪੜਨ ਨਹੀਂ ਗਈ, ਫਿਰ ਇਹ ਦੁੱਧ ਲੈਣ ਚਲੀ ਗਈ ਸੀ, ਅਤੇ ਕਹਿੰਦੇ ਵੀ ਦੁਪਹਿਰ ਨੂੰ ਆਪਾਂ ਰੋਜ਼ ਕਾਹਵਾ ਪੀਂਦੇ ਹਾਂ, ਅਤੇ ਅੱਜ ਚਾਹ ਜਿਹੜੀ ਹੈਗੀ ਉਹ ਬਣਾ ਲਵਾਂਗੇ। ਜਿੱਥੇ ਨਾ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਨੂੰ ਕਰਵਾ ਲਿਆ, ਅਤੇ ਬਰਤਨ ਵੀ ਸਮੇਟ ਲੈਣੇ, ਬਰਤਨ ਮੈਂ ਕਿਹਾ ਬਾਅਦ ਵਿੱਚ ਦੇਵਾਂਗੀ, ਪਹਿਲੇ ਨਾ ਮੈਂ ਝਾੜੂ ਜਿਹੜਾ ਹੈਗਾ ਉਹ ਫੇਰ ਲਵਾਂ, ਕਿਉਂਕਿ ਸਾਰੇ ਵਿਹੜੇ ਦੀ ਨਾਲੇ ਸਫਾਈ ਕਰਨ ਵਾਲੀ ਪਈ, ਹੁਣ ਵਿਹੜੇ ਦੀ ਸਫਾਈ ਕਰਨ ਲੱਗੀ ਹਾਂ। ਸਲੇਟਾਂ ਵੀ ਕੱਢ ਕੇ ਬਾਹਰ ਰੱਖਾਂਗੀ, ਲੇਕਿਨ ਦੁੱਧ ਪੈਂਦੀ ਨੇ, ਮੈਂ ਕਿਹਾ ਦੁੱਧ ਵਿੱਚ ਕੋਈ ਲੈ ਹੀ ਨਾ ਜਾਵੇ ਸਲੇਟਾਂ ਵੀ ਬਾਹਰੋਂ, ਤਾਂ ਵਾਸਤੇ ਚਾਰ ਜਿਹੜੀ ਹੁੰਦੀ ਨਾ ਉਹ ਅੱਛੀ ਹੁੰਦੀ, ਤਿਆਰ ਕਰਨੀ ਚਾਹੀਦੀ ਹਰ ਚੀਜ਼, ਕਿਉਂਕਿ ਨਾ ਬੜੀ ਮੁਸ਼ਕਲ ਨਾਲ ਬਣਦੀਆਂ ਨੇ, ਅਤੇ ਗੁੰਮ ਹੋ ਜਾਂ ਫਿਰ ਜਲਦੀ ਲਈਆਂ ਹੀ ਨਹੀਂ ਜਾਂਦੀਆਂ, ਤਾਂ ਵਾਸਤੇ ਨਾ ਮੈਂ ਜਿਹੜੀ ਬਾਹਰ ਦੀ ਚੀਜ਼ ਹੈਗੀ ਉਹ ਸਾਰੀਆਂ ਚੁੱਕ ਕੇ ਰਾਤ ਨੂੰ ਅੰਦਰ ਰੱਖ ਦਿੰਦੀ ਹਾਂ ਕਮਰੇ ਵਿੱਚ, ਫਿਰ ਦਰਵਾਜ਼ਾ ਅਸੀਂ ਅੰਦਰੋਂ ਬੰਦ ਕਰ ਦਿੰਦੇ ਹਾਂ। ਹਾਂਜੀ, ਅਤੇ ਨਾ ਮੈਂ ਸਫਾਈ ਜਿਹੜੀ ਹੈਗੀ ਨਾ ਉਹ ਸੇਲ ਦੀ ਕਰ ਲਈ, ਅਤੇ ਨਾ ਕੂੜਾ ਜਿਹੜਾ ਹੈਗਾ ਨਾ ਉਹ ਵੀ ਸਾਰ ਦਿੱਤਾ, ਕਿਉਂਕਿ ਸ਼ਾਜ਼ੀਆ ਜਿਹੜੀ ਹੈਗੀ ਨਾ ਉਹ ਨਾਲ ਦੀਆਂ ਮਸਾਇਆਂ ਦੇ ਡੰਗਰ ਹੈਗੇ ਨੇ ਮਾਸ਼ਾਅੱਲਾ ਕਾਫੀ ਸਾਰੇ, ਅਤੇ ਉਹਨਾਂ ਦੇ ਨਾਲ ਗਈ ਹੈ ਸੇਲ ਬਣਾਉਣ ਵਾਸਤੇ, ਕਿਉਂਕਿ ਬੱਕਰੀਆਂ ਵਾਸਤੇ ਲੈ ਆਵੇਗੀ, ਅਤੇ ਕੱਟੇ ਵਾਸਤੇ ਸ਼ਾਜ਼ੀਆ ਲੈ ਆਵੇਗੀ ਬਾਹਰੋਂ ਬਣਾ ਕੇ, ਅਤੇ ਉਹ ਕੁਤਰਨਗੇ ਫਿਰ ਅਸੀਂ ਨਾ ਉਹ ਕੁਤਰਾ ਚੁੱਕ ਲਵਾਂਗੇ, ਅਤੇ ਮੈਂ ਸਫਾਈ ਕਰ ਲਈ, ਅਤੇ ਸੁਬਹ ਨਾਲ ਨਾ ਜਿਹੜੇ ਕੱਪੜੇ ਹੈਗੇ ਨਾ ਜਿਹੜੀ ਮੇਰੀ ਵੱਡੀ ਬੇਟੀ ਹੈਗੀ ਨਾ ਉਹਨੇ ਸਾਰੇ ਅੰਦਰ ਦੇ ਕੱਪੜੇ ਜਿਹੜੇ ਹੈਗੇ ਨਾ ਦੋ ਤਿੰਨ ਕਮਰੇ ਦੀ, ਕਿਉਂਕਿ ਉਹ ਸਫਾਈ ਕਰ ਰਹੀ ਬਹੁਤ ਜ਼ਿਆਦਾ, ਅੰਦਰ ਗੱਟਾ ਹੈਗਾ ਸੀ, ਕਿਉਂਕਿ ਹੁਣ ਮੌਸਮ ਤਬਦੀਲ ਹੋ ਗਿਆ ਹੁਣ, ਕਿਉਂਕਿ ਮਿੱਟੀ ਗੱਟਾ ਜਿਹੜਾ ਹੈਗਾ ਨਾ ਉਹ ਇੰਨਾ ਨਹੀਂ ਉੱਡੇਗਾ, ਅਤੇ ਤਾਂ ਵਾਸਤੇ ਮੈਂ ਕਮਰੇ ਦੀ ਸਫਾਈ ਕਰ ਦਿੰਦੀ ਹਾਂ, ਅਤੇ ਮੈਂ ਸਲੇਟਾਂ ਜਿਹੜੀਆਂ ਹੈਗੀਆਂ ਨਾ ਉਹ ਵੀ ਚੁੱਕ ਕੇ ਬਾਹਰ ਰੱਖ ਦਿੰਦੀ ਹਾਂ, ਅਤੇ ਹੁਣ ਮੈਂ ਨਾਲ ਦਾ ਕਮਰਾ ਜਿਹਦੇ ਵਿੱਚ ਸਮਨੈਣ ਅਤੇ ਮੈਂ ਸੋਨੇ ਆ ਨਾ ਸਾਡੀ ਕਿਚਨ ਵਾਲੀ ਹੈਗੀ, ਇੱਥੋਂ ਹੀ ਸਫਾਈ ਕਰ ਲੈਂਦੀ ਹਾਂ, ਕਿਉਂਕਿ ਸੇਮ ਸਾਰੇ ਦੀ ਮੈਂ ਸਫਾਈ ਕਰ ਲਈ ਮਾਸ਼ਾਅੱਲਾ, ਹੁਣ ਇੱਥੋਂ ਸਫਾਈ ਕਰਨੀ ਜਿਹਦੇ ਬੱਕਰੀਆਂ ਨਹੀਂ, ਅਤੇ ਨਾ ਹੁਣ ਮੈਂ ਇੱਥੋਂ ਸਫਾਈ ਕਰਨ ਲੱਗੀ ਹਾਂ,
ਤੇ ਇਹ ਮੰਜੀ ਜਿਹੜੀ ਹੈਗੀ ਨਾ ਚੁੱਕ ਕੇ ਬਾਹਰ ਕੱਢ ਦਿੰਦੀ ਹਾਂ, ਅਤੇ ਇਹ ਵਾਲੀ ਸਾਡੀ ਮੋਟਰ ਜਿਹੜੀ ਹੈਗੀ ਨਾ ਇਹ ਵੀ ਸਹੀ ਕਰਵਾਉਣ ਲਈ ਹੈਗੀ। ਅੱਲਾ ਗੁੰਜਾਇਸ਼ ਦਿੱਤੀ ਨਾ ਅਤੇ ਮੋਟਰ ਜਿਹੜੀ ਹੈਗੀ ਨਾ ਉਹ ਠੀਕ, ਕਿਉਂਕਿ ਸੜ ਗਈ ਸੀ ਅਤੇ ਫਿਰ ਠੀਕ ਕਰਵਾ ਕੇ ਨਾ, ਅਤੇ ਬੋਰ ਵੀ ਕਿਉਂਕਿ ਉਵੇਂ ਹੀ ਖਲੀ ਹੈਗੀ ਅਤੇ ਪਾਈਪ ਵੀ ਹੈਗਾ ਉਹਦੇ ਵਿੱਚ ਲਾ ਦੇਵਾਂਗੇ, ਫਿਰ ਸਾਡੀ ਮੋਟਰ ਵੀ ਕਿਉਂਕਿ ਗਰਮੀਆਂ ਧੁੱਪ ਨਿਕਲੀ ਚੱਲੀ ਕਰੇਗੀ ਅਤੇ ਨਲਕਾ ਵੀ ਅਸੀਂ ਗੇੜਿਆ ਕਰਾਂਗੇ, ਲੇਕਿਨ ਮੋਟਰ ਨਾ ਸੜ ਗਈ ਸੀ ਅਤੇ ਸਹੀ ਕਰਵਾਉਣ ਵਾਲੀ ਹੈਗੀ। ਫਿਰ ਸਹੀ ਸਾਡੇ ਤੋਂ ਗੁੰਜਾਇਸ਼ ਨਹੀਂ ਹੈਗੀ ਸੀ ਸਹੀ ਕਰਵਾਉਣ ਦੀ, ਫਿਰ ਅਸੀਂ ਨਹੀਂ ਸਹੀ ਕਰਵਾਏ ਅਤੇ ਪਹਿਲੇ ਜਿਹੜੀ ਹੈਗੀ ਨਾ 4 ਰੁਪਈਏ ਇਹਨੂੰ ਬਾਹਰ ਕੱਢ ਦਿੰਦੀ ਹਾਂ, ਅਤੇ ਫਿਰ ਝਾੜੂ ਜਿਹੜਾ ਹੈਗਾ ਨਾ ਇਹ ਆਸਾਨੀ ਨਾਲ ਮੈਂ ਅੰਦਰੋਂ ਫੇਰ ਲਵਾਂਗੀ, ਕਿਉਂਕਿ ਅਗਲੀ ਨੁੱਕਰ ਵਿੱਚ ਨਾ ਬੱਕਰੀਆਂ ਆਉਂਦੀਆਂ ਨੇ ਇੱਥੇ ਸਾਹਮਣੇ, ਮੈਂ ਆਪਣੀ ਮੰਜੀ ਪਾ ਦਿੰਦੀ ਹਾਂ ਕਿਉਂਕਿ ਬੱਕਰੀਆਂ ਦੇ ਕੋਲ ਹੀ ਵੀ ਕੋਈ ਲੈ ਨਾ ਜਾਵੇ, ਅਤੇ ਬਾਕੀ ਬੱਚੇ ਜਿਹੜੇ ਹੈਗੇ ਨਾ ਬੱਚੀਆਂ ਉਹ ਕਮਰੇ 'ਚ ਉਸ ਸੌ ਜਾਂਦੀਆਂ ਨੇ, ਸਨੈਨ ਅਤੇ ਬਾਕੀ 2 ਬੇਟੀਆਂ ਮੇਰੀਆਂ ਕਮਰੇ ਵਿੱਚ ਹੁੰਦੀਆਂ ਨੇ, ਅਤੇ ਛੋਟਾ ਸਨੈਨ ਅਤੇ ਮੈਂ ਇੱਥੇ ਹੁੰਦੇ ਹਾਂ। ਮੈਂ ਨਾ ਮੰਜੀ ਕੱਢ ਲਵਾਂ ਅਤੇ ਨਾ ਮੈਂ ਮੰਜੀ ਜਿਹੜੀ ਹੈਗੀ ਨਾ ਇੱਥੇ ਪਾ ਦਿੰਦੀ ਹਾਂ ਉਸ ਜਗ੍ਹਾ 'ਤੇ, ਨਾ ਫਿਰ ਕੋਈ ਆ ਵੀ ਜਾਂਦਾ ਬਾਹਰ ਫਿਰ ਖਾਈ ਗਈ ਹੈਗੀ ਉਹ ਵੀ ਕਰ ਲਵਾਂਗੀ ਮੈਂ। ਇਸ ਜਗ੍ਹਾ 'ਤੇ ਪਾ ਦਿੰਦੀ ਹਾਂ ਮੰਜੀ, ਝਾੜੂ ਫੇਰ ਲੈਂਦੀ ਹਾਂ। ਅਸਨੈਨ ਜਿਹੜਾ ਹੈਗਾ ਨਾ ਉਹ ਟੋਮੀ ਬੰਨ੍ਹ ਕੇ ਗਿਆ, ਉਹ ਵੇਖੀ ਨੂੰ ਉੱਧਰ ਬੈਠਾ, ਮੈਂ ਫਿਰ ਸਾਰੇ ਵਿਹੜੇ 'ਚ ਮੈਂ ਟੁਰ ਦੇਣੇ, ਅਤੇ ਉਹਨੂੰ ਸੁਬਹ ਨਾਲ ਅਸੀਂ ਅੱਜ ਦੁੱਧ ਵੀ ਪਾਇਆ ਸੀ ਅਤੇ ਰੋਟੀ ਵੀ ਇਹਨਾਂ ਨੇ ਪਾ ਦਿੱਤੀ। ਜਿਹੜੀ ਹੈਗੀ ਨਾ ਛੇਲ ਬਣਾ ਕੇ ਲੈਣੀ, ਛੇਲ ਛਲੀਆਂ ਲੈ ਜਾਂਦੀਆਂ ਸੀ ਅਤੇ ਨਾ ਦਾਣੇ ਜਿਹੜੇ ਹੈਗੇ ਨਾ ਸਹਿਣ ਦਾਣੇ ਦਾਣੇ ਜਿਹੜੇ ਹੈਗੇ ਨਾ ਨਮਕ ਵਿੱਚ ਪਾ ਕੇ ਨਾ, ਅਤੇ ਅਗਲੇ ਦਿਨ ਇਹਨੂੰ ਇਹਨੇ ਰੇਤੇ ਵਾਲੇ ਬੁੰਨੇ ਸੀ ਅਤੇ ਅੱਜ ਜਿਹੜਾ ਹੈਗਾ ਨਾ ਖਾਲੀ ਨਮਕ ਪਾਇਆ ਅਤੇ ਤਾਂ ਦਾਣੇ ਜਿਹੜੇ ਆ ਗਏ ਬੁੱਝ ਗਏ ਨੇ ਸਨੈਣ ਦੇ, ਇੱਥੇ ਰੱਖ ਕੇ ਨਿਕਲ ਠੰਡੇ ਉਹ ਲੈ ਫਿਰ ਟੋਕਰੀ 'ਚ ਪਾ ਲਵੇ ਕਿਉਂਕਿ ਅੱਜ ਗਰਮ ਹੈ ਨੇ ਦਾਣੇ। ਕਿਤੇ ਨਾ ਕਮਰੇ ਜਿਹੜੀ ਸਫਾਈ ਹੈਗੀ ਨਾ ਉਹ ਕੱਢ ਲਈ ਕਮਰਾ, ਕਿਉਂਕਿ ਅੰਦਰੋਂ ਦੁੱਧ ਹੈਗਾ ਥੋੜ੍ਹਾ ਜਿਹਾ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਨਾ ਇਹ ਵਾਲਾ ਸਾਫ਼ ਕੀਤਾ ਕਿਉਂਕਿ ਫਰਸ਼ ਵੀ ਦੋਤਾ ਸੀ ਬਹੁਤ ਗੰਦਾ ਹੋਇਆ ਸੀ, ਅਤੇ ਕੱਪੜੇ ਜਿਹੜੇ ਸੁਬਹ ਨਾਲ ਦੋਤੇ ਹੈਗੇ ਨਾ ਉਹ ਵੀ ਮਾਸ਼ਾਅੱਲਾ ਅਸੀਂ ਉੱਤੇ ਪਾ ਦਿੱਤੇ ਨੇ, ਇਹ ਵਾਲੇ ਲਾੜ ਉੱਤੇ ਸਾਰੇ ਪਾ ਦਿੱਤੇ ਨੇ ਕਿਉਂਕਿ ਨਾ ਧੁੱਪ ਤਾਂ ਨਹੀਂ ਹੈਗੀ ਸੀ ਅਤੇ ਫਿਰ ਵੀ ਨਾ ਥੋੜ੍ਹੇ ਥੋੜ੍ਹੇ ਗਿੱਲੇ ਹੈਗੇ ਨੇ, ਅਤੇ ਗਿੱਲੇ ਫਿਰ ਉਵੇਂ ਪਾ ਦਿੱਤੇ ਸੀ, ਮੈਂ ਕਿਹਾ ਇੱਥੇ ਹੁਣ ਸੁੱਕ ਜਾਣਗੇ ਕਿਉਂਕਿ ਨਾ ਬਹੁਤ ਜ਼ਿਆਦਾ ਗੰਦੇ ਸੀ ਗਰਮੀ ਵਿੱਚ ਨਾ, ਹਨੇਰੀਆਂ ਬਹੁਤ ਜ਼ਿਆਦੀਆਂ ਗੁਲਦੀਆਂ ਨੇ ਅਤੇ ਕਮਰਾ ਬਹੁਤ ਖਰਾਬ ਹੋਇਆ ਸੀ, ਅਤੇ ਸਾਰੀ ਸਫਾਈ ਜਿਹੜੀ ਹੈਗੀ ਨਾ ਕਮਰੇ 'ਚ ਕੀਤੀ, ਔਰ ਜਿਹੜੀ ਸਾਡੀ ਬਾਹਰ ਨਾ ਟੈਂਕੀ ਹੈਗੀ ਹੈ ਨਾ ਉਹ ਵੀ ਮੈਂ ਧੋ ਕੇ ਰੱਖ ਦਿੱਤੀ, ਔਰ ਇਹ ਵਾਲੀਆਂ ਮੇਰੀਆਂ ਦਵਾਈਆਂ ਪਈਆਂ ਨੇ ਜਿਹੜੀਆਂ ਮੈਂ ਲੈਣੀਆਂ ਨੇ,
ਅਤੇ ਇਹ ਵਾਲੀ ਨਾ ਟੈਂਕੀ ਜਿਹੜੀ ਹੈਗੀ ਮੈਂ ਧੋ ਕੇ ਅਤੇ ਅਸੀਂ ਨਾ ਵਿੱਚ ਕੱਪੜੇ ਰੱਖ ਦਿੱਤੇ ਸੀ ਇਹਦੇ, ਕਿਉਂਕਿ ਸਾਡੇ ਕੋਲ ਨਾ ਸੇਫ ਅਲਮਾਰੀ ਨਹੀਂ ਹੈਗੀ, ਤਾਂ ਵਾਸਤੇ ਇਹਦੇ ਵਿੱਚ ਨਾ ਇਹ ਵਾਲੇ ਸਾਡੇ ਕੱਪੜੇ ਪਏ ਨੇ ਬੱਚਿਆਂ ਦੇ ਪਾਉਣ ਵਾਲੇ, ਇਹਦੇ ਉੱਤੇ ਅਸੀਂ ਕੱਪੜਾ ਇਸ ਤਰ੍ਹਾਂ ਪਾ ਦਿੱਤਾ ਸੀ, ਕਿਉਂਕਿ ਬਾਹਰ ਨਲਕਾ ਹੈਗਾ ਨਾ, ਜਿਸ ਟਾਈਮ ਮੋਟਰ ਲਗਵਾਈ ਨਾ ਉਸ ਟਾਈਮ ਫਿਰ ਟੈਂਕੀ ਨੂੰ ਅਸੀਂ ਬਾਹਰ ਕੱਢ ਲਵਾਂਗੇ, ਸਾਫ਼ ਕਰਕੇ ਨਾ ਰੱਖ ਦਿੱਤੀ ਇੱਥੇ ਫਿਰ ਅਸੀਂ, ਅਤੇ ਕਮਰਾ ਹੀ ਸਾਡਾ ਮਸ਼ਲ ਮੁਕੰਮਲ ਸਾਫ਼ ਹੋ ਗਿਆ ਸਾਰਾ, ਅਤੇ ਬਰਤਨ ਜਿਹੜੇ ਹੈਗੇ ਨੇ ਇਹ ਵੀ ਧੋਤੇ ਸੀ ਅਸੀਂ, ਉਸ ਟਾਈਮ ਸ਼ੇਅਰ ਨਹੀਂ ਕੀਤੇ ਸੀ ਮੇਰੀ ਵੱਡੀ ਬੇਟੀ, ਕਿਉਂਕਿ ਉਹ ਵੀਡੀਓ ਨਹੀਂ ਬਣਾਉਂਦੀ ਥੀ, ਇੱਕ ਸਾਡੀ ਨਾਲ ਦੀ ਮਸਾਈ ਹੈਗੀ ਸੀ ਉਹਨੇ ਸਾਫ਼ ਕਰਵਾਇਆ ਸੀ, ਕਿਉਂਕਿ ਮੈਂ ਆਪ ਬਿਮਾਰ ਹੈਗੀ, ਮੇਰੇ ਕੋਲ ਇੰਨਾ ਕੰਮ ਨਹੀਂ ਹੁੰਦਾ, ਤਾਂ ਵਾਸਤੇ ਉਹਨਾਂ ਨਾਲ ਕਰਵਾਇਆ ਹੈਗਾ ਕੰਮ, ਅਤੇ ਮੈਂ ਹੁਣ ਮੈਂ ਕਿਹਾ ਵੀਡੀਓ ਬਣਾ ਲੈਂਦੀ ਹਾਂ ਭੈਣਾਂ ਬਾਈ ਨੂੰ ਸ਼ੇਅਰ ਕਰ ਦੇਣੀ ਹੈ, ਜੋ ਕਿ ਘਰ ਦੀ ਭੈਣਾਂ ਬਾਈ ਨੂੰ ਵੀ ਖਾ ਦਿੰਦੇ ਹਾਂ, ਕਿਉਂਕਿ ਉਸ ਟਾਈਮ ਤੁਹਾਨੂੰ ਨਹੀਂ ਵੀ ਖਾਇਆ ਕਮਰੇ, ਜਿਸ ਟਾਈਮ ਅਸੀਂ ਸਫਾਈ ਕੀਤੀ ਨਾ ਤੁਹਾਨੂੰ ਕੱਪੜੇ ਵੀ ਖਾਤੇ ਸੀ ਬਾਹਰ, ਜਿਸ ਟਾਈਮ ਦੋਤੇ ਬਾਹਰ ਤਾਰ ਅਤੇ ਖਲੇ ਸੀ ਨਾ, ਅਤੇ ਹੁਣ ਅੰਦਰ ਅਸੀਂ ਕਮਰੇ ਵਿੱਚ ਪਾ ਦਿੱਤੇ ਨੇ, ਕਿਉਂਕਿ ਮੇਰੇ ਕੋਲ ਤਾਂ ਇੰਨਾ ਕੰਮ ਨਹੀਂ ਆਉਂਦਾ, ਕਿਉਂਕਿ ਹੁਣ ਸਾਹ ਦੀ ਬਿਮਾਰੀ ਵੀ ਬਹੁਤ ਜ਼ਿਆਦਾ ਹੈਗੀ, ਅਤੇ ਨਾ ਵੱਖੀ ਦੀ ਦਰਦ ਦੀ ਮੇਰੀ ਨਹੀਂ ਜਾ ਰਹੀ, ਹੁਣ ਫਿਰ ਜਾ ਕੇ ਨਾ ਡਾਕਟਰ ਕੋਲ ਦਵਾਈ ਜਾ ਕੇ ਲੈਣ ਲੱਗੀ ਹਾਂ, ਵੀ ਮੈਨੂੰ ਆਰਾਮ ਬਿਲਕੁਲ ਨਹੀਂ ਆ ਰਿਹਾ ਦਰਦ ਤੋਂ, ਯਕਦਮ ਇੰਨੀ ਜ਼ਿਆਦਾ ਦਰਦ ਆਉਣ ਲੱਗ ਜਾਂਦੀ, ਅਤੇ ਡਾਕਟਰ ਕੋਲੋਂ ਜਾਣ ਲੱਗੀ, ਪਤਾ ਨਹੀਂ ਹੁਣ ਡਾਕਟਰ ਕੀ ਕਹਿੰਦਾ, ਅਤੇ ਦਵਾਈ ਉਹਦੇ ਕੋਲ ਮੈਂ ਬਦਲਾ ਕੇ ਲੈਂਦੀ ਹਾਂ, ਉਸ ਦਵਾਈ ਨਾਲ ਆਰਾਮ ਨਹੀਂ ਆ ਰਿਹਾ ਡਾਕਟਰ ਸਾਹਿਬ ਜਿਹੜਾ ਹੈਗਾ ਨਾ, ਕਿਉਂਕਿ ਹੁਣ ਵਿਹਲਾ ਆਉਂਦਾ, ਸਕੂਲ ਛੁੱਟੀਆਂ ਹੈਗੀਆਂ ਨੇ, ਅਤੇ ਇਹ ਪਤਾ ਨਹੀਂ ਮਿੱਟੀ ਦੀਆਂ ਨਾ ਕੀ ਚੀਜ਼ ਬਣਾ ਰਿਹਾ, ਇਹ ਕੀ ਬਣਾਇਆ ਜੀ, ਟੋਪੀ ਲਾ ਰਿਹਾ, ਟੋਪੀ ਲਾ ਰਿਹਾ, ਇਹਨਾਂ ਦੇ ਛੋਟੇ ਛੋਟੇ ਬੱਚੇ ਹਨ, ਤਿੰਨ ਵੱਡੀਆਂ ਕਿਹੜੀਆਂ ਨੇ, ਇੱਕ ਆਏ ਤੇ ਇੱਕ ਆ ਪਈਏ, ਇਹ ਵੱਡੀਆਂ ਨੇ ਅੱਗੇ ਤੇ ਇੱਕ ਆਏ, ਇਹਨੂੰ ਬਹੁਤ ਜ਼ਿਆਦਾ ਸ਼ੌਕ ਹੈਗੀ ਇਸ ਤਰ੍ਹਾਂ ਚਿੜੀਆਂ ਬਣਾਉਣ ਦੀ, ਇਹ ਛੋਟੇ ਦੀਆਂ ਹੈਗੀਆਂ ਨੇ ਇਹਦੀਆਂ, ਹਾਂਜੀ ਇਹ ਨਾ ਕਿ ਮਾਸ਼ਾਅੱਲਾ ਵੇਖ ਲਓ ਕਿਸ ਤਰ੍ਹਾਂ ਇਹਦਾ ਨਾ ਦਿਮਾਗ ਕੰਮ ਕਰਦਾ, ਅਤੇ ਇਹ ਉੱਤੇ ਦੇ ਇਹਨਾਂ ਦੇ ਬਣਾਏ ਨੇ ਇਹਨੇ, ਹਾਂਜੀ ਅਤੇ ਇਹ ਟੋਪੀਆਂ, ਇਹ ਪਾਰ ਇਹਨਾਂ ਦੇ, ਅਤੇ ਇਹ ਇਹਨਾਂ ਦਾ ਬੁੰਡੀ, ਕਿਸ ਤਰ੍ਹਾਂ ਬਣਾ ਰਿਹਾ, ਇਹ ਮੂੰਹ ਚੇਂਜ ਇਹਨਾਂ ਦੀ ਉਂਗਲੀ ਹੈਗੀ, ਅਤੇ ਮਿੱਟੀ ਦੀਆਂ ਕਿਉਂਕਿ ਬਣਾਉਂਦਾ, ਮਿੱਟੀ ਦੀਆਂ ਬਣਾ ਰਿਹਾ ਨਾ, ਹਾਂਜੀ ਕਿਉਂਕਿ ਖਿਡੌਣੇ ਜਿਹੜੇ ਹੈਗੇ ਨਾ ਉਹ ਤਾਂ ਇਹਨਾਂ ਨੂੰ ਅਸੀਂ ਲੈ ਕੇ ਨਹੀਂ ਦੇ ਸਕਦੇ, ਫਿਰ ਇਹ ਆਪ ਦੇ ਖਿਡੌਣੇ ਜਿਹੜੇ ਹੈਗੇ ਨਾ ਆਪਣਾ ਜ਼ੇਨ ਲੜਾ ਕੇ ਇਸ ਤਰ੍ਹਾਂ ਬਣਾ ਸਕਦੇ ਨੇ, ਹਾਂਜੀ ਤੇ ਸਾਡੇ ਕੋਲ ਪੈਸੇ ਹੁੰਦੇ ਕੋਈ ਨਹੀਂ, ਤੇ ਅਸੀਂ ਮੋੜੇ ਨਾ ਨਾਲ ਖੇਡ ਲੈਂਦੇ, ਅਸੀਂ ਮੋੜੀ ਨਾ ਨਾਲ ਗੁਜ਼ਾਰਾ ਕਰ ਲੈਂਦੇ ਆ, ਟੁੱਟ ਜਾਣ ਤੇ ਮੋੜ ਖੇਡਾਂ ਦੀ ਬਹੁਤ ਸਾਨੂੰ ਸ਼ੌਕ ਹੈ, ਖੇਡਾਂ ਦੀ ਬਹੁਤ ਸਾਨੂੰ ਸ਼ੌਕ ਹੈ, ਲਾਈਕ ਕੀਤਾ ਕਰੋ, ਸਬਸਕ੍ਰਾਈਬ ਹੀ ਕੀਤਾ ਕਰੋ, ਅੱਛਾ ਅੱਛਾ ਕਮੈਂਟ ਕੀਤੇ ਕਰੋ, ਮੇਰੀ ਬਾਜੀ ਹੈਗੀ ਮੇਰੇ ਤੋਂ ਵੱਡੀ, ਕਿਉਂਕਿ ਮੇਰਾ ਪਤਾ ਕਰਨ ਆਏ ਸੀ, ਅਤੇ ਨਾ ਅਸੀਂ ਇਹਦਾ ਪਤਾ ਕਰਨ ਆਏ ਸੀ, ਇਹਨੂੰ ਤਬੀਅਤ ਖਰਾਬ ਆਈ, ਅਤੇ ਮੈਂ ਆਖਿਆ ਸਲਮਾਨ ਨੂੰ ਵੀ ਆਪਾਂ ਪਤਾ ਕਰ ਆਏ, ਅਤੇ ਜਿਹੜੀ ਤਹਿਰਾ ਅਤੇ ਅਨਾਮ ਅਤੇ ਰਾਹ ਸਬਰ ਉਹਨੂੰ ਬਾਹਰ ਛੱਡ ਕੇ ਆਏ, ਕਿਉਂਕਿ ਅਸੀਂ ਤੋਰ ਕੇ ਆਏ ਵਿੱਚ ਉਹਦੀ ਫਸਲਾਂ ਦੇ ਕਾਫੀ ਬਾਅਦ ਬਣ ਜਾਂਦਾ ਤੋਰ ਕੇ ਆਏ, ਹਾਂਜੀ ਅਤੇ ਨਾ ਕਿਉਂਕਿ ਮੈਂ ਦਵਾਈ ਅੱਗੇ ਲੈਣ ਗਈ ਸੀ, ਅਤੇ ਆਈ ਕੇ ਇੱਥੇ ਬੈਠੀ ਗਈ ਸ਼ਾਦੀਆਂ ਕੋਲ, ਸ਼ਾਦੀ ਨੇ ਫਿਰ ਚਾਹ ਜਿਹੜੀ ਹੈਗੀ ਨੇ ਇਹਨਾਂ ਨੂੰ ਪਿਵਾਈ ਸੀ, ਅਤੇ ਸਾਡਾ ਇੰਨਾ ਪੈਕੇਜ ਕਿਉਂਕਿ ਖਤਮ ਹੋ ਗਏ, ਪੈਕੇਜ ਅਸੀਂ ਲਗਵਾਉਣਾ ਹੀ, ਪੈਕੇਜ ਲਗਵਾ ਕੇ ਆਈ ਹਾਂ, ਅਤੇ ਆਪਣੀ ਮੈਂ ਦਵਾਈ ਜਿਹੜੀ ਹੈਗੀ ਨੂੰ ਲੈ ਕੇ ਆਈ ਹਾਂ, ਅਤੇ ਡਾਕਟਰ ਨੇ ਕਿਹਾ ਵੀ ਦੋ ਤਿੰਨਾਂ ਦਿਨਾਂ ਨੂੰ ਦਿੱਤੀ ਦਵਾਈ, ਅਤੇ ਦੋ ਤੀਸਰੇ ਦਿਨ ਬਾਅਦ ਨਾ ਕਹਿੰਦਾ ਵੀ ਫਿਰ ਦਵਾਈ ਆ ਕੇ ਨਾ ਤੂੰ ਲੈ ਜਾਵੀਂ, ਵੀ ਦੋ ਤਿੰਨਾਂ ਦਿਨਾਂ ਦੀ ਉਹਨੇ ਦਿੱਤੀ ਦਵਾਈ, ਅਤੇ ਪਤਾ ਕਰਨ ਆਏ ਸੀ ਅਤੇ ਹੁਣ ਘਰ ਜਾ ਰਹੇ ਸੀ, ਮੈਂ ਕਿਹਾ ਤੁਸੀਂ ਅੱਜ ਰਹਿ ਪੋ ਨਾਲ ਛੋਟਾ ਰਾਹ ਸਭ ਜਿਹੜਾ ਹੈਗਾ ਨਾ ਬੱਚਾ ਉਹ ਘਰ ਹੀ ਛੱਡ ਕੇ ਆਏ, ਅਤੇ ਮੈਂ ਰਾਹ ਸਭ ਨੂੰ ਘਰ ਛੱਡ ਕੇ ਆਏ ਹਾਂ, ਸੋ ਕਿਉਂਕਿ ਉਹ ਮੇਰੇ ਤੋਂ ਬਗੈਰ ਸਮਝਾ ਨਹੀਂ, ਇਸ ਵਜ੍ਹਾ ਸ਼ਾਮ ਹੋਈ ਫਿਰ, ਅਤੇ ਮੈਂ ਕਿਹਾ ਵੀ ਅਸੀਂ ਹੁਣ ਘਰ ਜਾਂਦੇ ਹਾਂ, ਇਹਦਾ ਪਤਾ ਕਰਨ ਆਏ ਸੀ, ਹਾਂਜੀ ਅਤੇ ਕਿਉਂਕਿ ਆਪਣੇ ਬੈਂਡ ਗਰਾਊਂਡ ਤਕਲੀਫ ਹੁੰਦੀ ਕੋਈ ਬਿਮਾਰ ਹੋਏ ਨਾ ਪਤਾ ਕਰਨ ਆਉਂਦੇ, ਹਾਂਜੀ ਕਿਉਂਕਿ ਮੇਰੇ ਛੋਟੀ ਹੈ,
ਹਾਂਜੀ ਅਤੇ ਇੰਨਾ ਇਹਨਾਂ ਦਾ ਪੰਧ ਬਣ ਜਾਂਦਾ ਉੱਥੇ, ਕਿਉਂਕਿ ਪੈਦਲ ਤੁਰ ਕੇ ਆਏ, ਇਹਨਾਂ ਕੋਲ ਨਾ ਮੋਟਰਸਾਈਕਲ ਕੋਈ ਕਿ ਨਹੀਂ ਹੈਗਾ, ਫਿਰ ਪੈਦਲ ਆਉਣਾ ਪੈਂਦਾ ਫਸਲਾਂ ਦੇ ਵਿੱਚੋਂ, ਕਿਉਂਕਿ ਹੁਣ ਸ਼ਾਮ ਹੋਈ ਕਿ ਨਹੀਂ, ਫਿਰ ਪੈਦਲ ਫਿਰ ਜਾਣ ਨੂੰ ਤੁਰ ਕੇ, ਅਤੇ ਅੱਲਾ ਪਾ ਕੇ ਇਹਨਾਂ ਨੂੰ ਗੁੰਜਾਇਸ਼ ਦੇਵੇ ਆਹਿਸਤਾ ਆਹਿਸਤਾ, ਅਤੇ ਇਹ ਵੀ ਕੁਛ ਆਪਣੇ ਨਾਲ ਨਾਲੀਆਂ ਹੋਏ, ਕਿਉਂਕਿ ਛੋਟੇ ਛੋਟੇ ਬੱਚੇ ਹੈਗੇ ਨੇ ਇਹਨਾਂ ਲਈ, ਅਤੇ ਅੱਲਾ ਪਾ ਕੇ ਇਹਨਾਂ ਨੂੰ ਵੀ ਰਿਜ਼ਕ ਦੇ ਵਿੱਚ ਸਭ ਕੇ ਨਾ ਸ਼ਾਮ ਹੋਈ ਖਲੀ ਸਬਜ਼ੀ ਜਿਹੜੀ ਹੈਗੀ ਨਾ ਉਹ ਬਣਾ ਲੈਂਦੀ ਹਾਂ, ਸ਼ਾਮ ਦੀ ਆਟਾ ਗੁੰਨ ਲਵੇਗੀ, ਅੱਜ ਆਲੂ ਅਤੇ ਗਾਜਰਾਂ ਜਿਹੜੀਆਂ ਹੈਗੀਆਂ ਨਾ ਅਸੀਂ, ਮੈਂ ਪੈਕੇਜ ਲਗਵਾਉਣ ਗਈ ਅਤੇ ਆਪਣੀ ਦਵਾਈ ਵੀ ਲੈਣ ਗਈ, ਅਤੇ ਮੈਂ ਕਿਹਾ ਸਬਜ਼ੀ ਜਿਹੜੀ ਹੈਗੀ ਨਾ ਕੱਲ੍ਹ ਵੀ, ਕਿਉਂਕਿ ਆਲੂ ਬਣਾਏ ਅਤੇ ਅੱਜ ਆਲੂ ਗਾਜਰਾਂ ਦਾ ਸਾਲਣ, ਕਿਉਂਕਿ ਇਹ ਵੀ ਰੋਟੀ ਖਾਧੀ ਜਾਣਗੇ, ਅਤੇ ਕਹਿ ਰਹੇ ਨੇ ਵੀ ਇੰਨੀ ਦੇਰ ਅਸੀਂ ਨਹੀਂ ਬਣਾ, ਸਾਨੂੰ ਲੇਟ ਹੋ ਜਾਏਗੀ, ਅਤੇ ਸ਼ਾਮ ਹੋਈ ਖਲੀ ਮੈਂ ਕਿਹਾ ਚਲੋ ਬੱਚਿਆਂ ਨੂੰ ਬਣਾ ਕੇ ਦਿੰਦੇ ਹਾਂ, ਅਤੇ ਰਾਤ ਤਾਂ ਕਿਉਂਕਿ ਬੱਚਿਆਂ ਦੇ ਨਾਲ ਹੁੰਦੇ ਨਾ, ਫਿਰ ਇਹਨੇ ਰਹਿ ਪੈਣਾ ਸੀ ਸਾਡੇ ਕੋਲ, ਹਾਂਜੀ ਕਿਉਂਕਿ ਰਾਹ ਸਾਹਿਬ ਜਿਹੜਾ ਉਹ ਮੇਰੇ ਤੋਂ ਬਗੈਰ ਰਹਿੰਦਾ ਨਾ, ਹਾਂਜੀ ਕਿਉਂਕਿ ਉਹਨਾਂ ਬਿਲਕੁਲ ਛੋਟਾ ਹੈਗਾ, ਮਿਹਨਤ ਕਰਨੇ ਅੱਜ ਦਾ ਵਲੋਗ ਮੇਰੇ ਬਹਿਣਾ ਪਿਰਾਵਾਂ ਸਾਡਾ ਜ਼ਰੂਰ ਪਸੰਦ ਹੈ, ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ, ਸਾਡੀ ਵੀਡੀਓ ਐਂਡ ਤੇ ਵੇਖੀ ਕਰੋ, ਕਿਉਂਕਿ ਬਹਿਣਾ ਭਾਈ ਸਪੋਰਟ ਦੀ ਜ਼ਰੂਰਤ ਹੈਗੀ, ਅਤੇ ਜੋ ਸਾਡੇ ਚੈਨਲ 'ਤੇ ਹੈਗੇ ਨੇ ਮੇਰੇ ਬਹਿਣਾ ਭਾਈ, ਸਾਡੀ ਵੀਡੀਓ ਵੇਖਦੇ ਹੋ ਉਹ ਇਹਨਾਂ ਦੀ ਵੇਖੀ ਕਰੋ, ਸੁਮਹਿਰਾ ਫੈਮਿਲੀ ਵਲੋਗ, ਅਤੇ ਸਾਡੇ ਚੈਨਲ ਦਾ ਨਾਮ ਹੈਗਾ ਸ਼ਾਜ਼ਗਿਆ ਵਿਲੇਜ ਵਲੋਗ, ਅਤੇ ਇਹਨਾਂ ਦੀ ਵੀਡੀਓ ਵੇਖੀ ਕਰੋ, ਸਾਡੀ ਹਾਂਜੀ ਅਤੇ ਕਿਉਂਕਿ ਸ਼ੌਕ 'ਤੇ ਕੋਈ ਕੰਮ ਹੀ ਨਹੀਂ ਕਰਦਾ, ਅਗਰ ਕਿਸੇ ਨੂੰ ਮਜਬੂਰੀ ਹੋਵੇ ਨਾ ਤਾਂ ਇਹ ਕੋਈ ਕੰਮ ਕਰਦਾ ਜਾਂ ਨੈੱਟ 'ਤੇ ਚਿੜਦਾ, ਅਤੇ ਮਜਬੂਰੀ ਪਿੱਛੇ ਕੋਈ ਬਣਾਉਂਦਾ ਹੈ ਵੀਡੀਓ, ਅਤੇ ਹੁਣ ਸਾਨੂੰ ਨਾ ਲਾਈਕ ਸਬਸਕ੍ਰਾਈਬ ਕੀਤਾ ਕਰੋ, ਸਾਡੀ ਵੀਡੀਓ ਸ਼ੁਰੂ ਤੋਂ ਰੱਖ ਅਤੇ ਐਂਡ 'ਤੇ ਵੇਖੀ ਕਰੋ, ਅੱਜ ਦੇ ਵਲੋਗ 'ਚ ਆਵਾਂਗੇ, ਇੱਥੇ ਜਾ ਕੇ ਸੁਬਹ ਮਿਲਾਂਗੇ ਇੱਕ ਅੱਛੇ ਵਲੋਗ ਨਾਲ, ਅੱਲਾ ਹਾਫਿਜ਼।